ਹਾਂਜੀ ਮਿੱਤਰੋ ਗੁਰਦਾਸ ਮਾਨ ਨੇ ਬਹੁਤ ਸੋਹਣਾ ਗਾਣਾ ਗਾਇਆ ਸੀ ਕਿ ਭੱਜੀ ਫਿਰਦੀ ਆ ਰੋਟੀ ਦੇ ਮਗਰ ਦੁਨੀਆ ਭੱਜੀ ਫਿਰਦੀ ਆ ਰੋਟੀ ਦੇ ਮਗਰ ਦੁਨੀਆ ਸਵੇਰ ਸ਼ਾਮ ਦੁਪਹਿਰ ਨੂੰ ਖਾਈ ਰੋਟੀ ਉਹ ਰੋਟੀ ਦੀ ਕਦਰ ਨੂੰ ਕੀ ਜਾਣੇ ਜਿਹਨੂੰ ਮਿਲਦੀ ਆ ਪੱਕੀ ਪਕਾਈ ਰੋਟੀ ਭੱਜੀ ਫਿਰਦੀ ਆ ਰੋਟੀ ਦੇ ਮਗਰ ਦੁਨੀਆ ਅੱਜ ਰੋਟੀ ਦਾ ਹੀ ਮਸਲਾ ਹੈ ਗੁਰਦਾਸ ਮਾਨ ਜੀ ਬੋਲਾਂ ਤੇ ਖਰੇ ਉਤਰੋ ਵਾਕਈ ਤੁਹਾਨੂੰ ਕਦਰ ਨਹੀਂ ਪਤਾ ਰੋਟੀ ਦੀ ਜੇ ਰੋਟੀ ਦੀ ਕਦਰ ਪਤਾ ਹੁੰਦੀ ਨਾ ਤਾਂ ਤੁਸੀਂ ਕਹਿ ਸਕਦੇ ਸੀ ਗੁਰਦਾਸ ਮਾਨ ਕਹਿ ਸਕਦਾ ਸੀ ਕਿ ਥੋੜੇ ਦਿਨ ਨਾ ਜਾਇਓ ਨਕੋਦਰ ਨੂੰ ਥੋੜੇ ਦਿਨ ਨਾ ਜਾਇਓ ਨਕੋਦਰ ਨੂੰ ਜਿੱਧਰ ਅੰਨ ਦਾਤਾ ਗਿਆ ਐ ਅੱਜ ਜਾਣਾ ਬਣਦਾ ਐ ਉਧਰ ਨੂੰ ਗੁਰਦਾਸ ਮਾਨ ਸਾਹਿਬ ਕਹਿ ਸਕਦੇ ਸੀ ਕਿ ਥੋੜੇ ਦਿਨ ਨਾ ਜਾਇਓ ਨਕੋਦਰ ਨੂੰ ਅੱਜ ਅੰਨ ਦਾਤਾ ਜਿੱਧਰ ਨੂੰ ਗਿਆ ਐ ਥੋੜਾ ਜਾਣਾ ਬਣਦਾ ਐ ਉਧਰ ਨੂੰ ਜੇ ਰੋਟੀ ਬਚ ਗਈ ਤਾਂ ਹਰ ਬੰਦਾ ਬਚ ਸਕਦਾ ਐ ਜੇ ਰੋਟੀ ਬਚ ਗਈ ਤਾਂ ਹਰ ਬੰਦਾ ਬੱਥ ਸਕਦਾ ਏ ਦੋ ਬੋਲ ਬੋਲ ਲੈਣਾ ਤੁਹਾਡਾ ਕੀ ਕਰ ਸਕਦਾ ਏ ਜੇ ਤੁਸੀਂ ਕਹਿ ਦਮੋ ਨਾ ਵੀਰਵਾਰ ਨੂੰ ਉੱਥੇ ਸਾਰੇ ਜਿਹੜੇ ਅੰਨੇ ਭਗਤ ਨੇ ਤੁਹਾਡੇ ਤੁਸੀਂ ਕਹਿ ਨਹੀਂ ਸਕਦੇ ਕਿ ਅੱਜ ਜਿਹੜਾ ਮੈਂ ਗਾਣਾ ਗਾਇਆ ਸੀ ਰੋਟੀ ਵਾਲਾ ਉਹਨੂੰ ਫਾਲੋ ਕਰੋ ਉਹਦੀ ਮੰਨੋ ਉਹਦੀ ਕਦਰ ਕਰੋ ਜਿਹਦੇ ਮੂੰਹ ਤੇ ਝੁਰੜੀਆਂ ਪਈਆਂ ਨੇ ਜਿਹਦੇ ਪੈਰਾਂ ਦੀਆਂ ਪਾਟੀਆਂ ਬਿਾਈਆਂ ਨੇ ਜਿਹੜਾ ਖੇਤ ਕਪਾਹਾਂ ਬੀਜਦਾ ਤੇ ਤੰਤ ਤੇ ਜਿਹਦੇ ਪਾਟੇ ਬਾਣੇ ਨੇ ਜਿਹੜਾ ਸਾਰੇ ਦੇਸ਼ ਦਾ ਢਿੱਡ ਪਰਦਾ ਤੇ ਆਪਦੇ ਭੁੱਖੇ ਜੀ ਦੇ ਨਿਆਣੇ ਨੇ ਪਰ ਕਹਿਣਾ ਨਹੀਂ ਨਾ ਗੁਰਦਾਸ ਮਾਨ ਵੀ ਕਹਿ ਸਕਦਾ ਕਿ ਥੋੜੇ ਦਿਨ ਨਾ ਜਾਏ ਉਹ ਨਕੋਦਰ ਨੂੰ ਅੰਨਦਾਤਾ ਜਿੱਧਰ ਨੂੰ ਜਾਂਦਾ ਜਾਏ ਉਹ ਉਧਰ ਨੂੰ ਜੇ ਰੋਟੀ ਬੱਤ ਗਈ ਤਾਂ ਹਰ ਬੰਦਾ ਬੱਤ ਸਕਦਾ ਏ ਦੋ ਬੋਲ ਬੋਲਣਾ ਗੁਰਦਾਸ ਮਾਨ ਦਾ ਕੀ ਕਹ ਸਕਦਾ ਏ ਪਰ ਪੰਗਾ ਪੈਂਦਾ ਕਿ ਕੌਣ ਗੱਦੀ ਛੱਡੇ ਤੇ ਕਿਹੜਾ ਛੱਡੇ ਚੌਧਰ ਨੂੰ ਅਰਦਾਸ ਮਾਨ ਵੀ ਕਹਿ ਸਕਦਾ ਹੈ ਕਿ ਥੋੜੇ ਦਿਨ ਨਾ ਜਾਇਓ ਨਕੋਦਰ ਨੂੰ ਅੰਦਾਤਾ ਜਿੱਧਰ ਨੂੰ ਜਾਂਦਾ ਤੁਸੀਂ ਵੀ ਜਾਇਓ ਉਧਰ ਨੂੰ ਮੈਂ ਲਾਂਤਾ ਪਾਉਣਾ ਲੋਕ ਤੁਹਾਨੂੰ ਫੋਲੋ ਕਰਦੇ ਆ ਤੁਹਾਡਾ ਹੱਕ ਬਣਦਾ ਅੱਜ ਦੋ ਬੋਲ ਬੋਲਣ ਦਾ ਕਿ ਆਜੋ ਪੰਜਾਬ ਨੂੰ ਬਚਾਈਏ ਅੰਦਾਤੇ ਨੂੰ ਬਚਾਈਏ ਕਿਸਾਨਾਂ ਨੂੰ ਬਚਾਈਏ ਮਜ਼ਦੂਰ ਨੂੰ ਬਚਾਈਏ ਪਰ ਕਹਿਣਾ ਨਹੀਂ ਹੈਨਾ ਕਿ ਸੁਥਰਾ ਘੋਲ ਪਤਾਸੇ ਪੀਵੇ ਹੈਨਾ ਕਿਸੇ ਤੋਂ ਕੀ ਲੈਣਾ ਹੈਨਾ ਕਹਿਣਾ ਬਣਦਾ ਤੁਹਾਡਾ ਕਿਉਂਕਿ ਤੁਹਾਨੂੰ ਲੋਕ ਫੋਲੋ ਕਰਦੇ ਆ ਤੁਹਾਡੇ ਕਰਕੇ ਹੀ ਲੋਕ ਕੋ ਉਧਰ ਜਾਂਦੇ ਆ ਜੇ ਤੁਸੀਂ ਦੋ ਬੋਲ ਬੋਲਦਗੇ ਨਾ ਇਸ ਸੰਘਰਸ਼ ਦਾ ਹਿੱਸਾ ਬਣ ਜਾਓਗੇ ਹੋ ਸਕਦਾ ਹੈ ਕਿ ਸਾਡੀ ਬੇਬੇ ਦੀਆਂ ਜਿਹੜੀਆਂ ਚੁੱਲ੍ਹੇ 'ਚ ਮਾਰੀਆਂ ਹੋਈਆਂ ਫੂਕਾਂ ਨੇ ਅੰਨੀਆਂ ਅੱਖਾਂ ਨਾਲ ਉਹ ਰਾਸ ਆ ਜਾਣ ਠੀਕ ਹੈ ਆ ਸਾਡੇ ਖੇਤ ਵੱਸ ਸਕਣ ਤੇ ਸਣੀ ਦੌਲ ਨੂੰ ਵੀ ਮੈਂ ਫਿਰ ਦੁਬਾਰੇ ਲਾਂਨਤਾ ਪਾਉਣਾ ਕਿ ਜਿਹਦਾ ਇੱਕ ਹੱਥ ਵੱਡਿਆ ਹੁੰਦਾ ਨਾ ਦੂਜੇ ਹੱਥ ਦੇ ਵਿੱਚ ਝੰਡਾ ਚੱਕੀ ਫਿਰਦਾ ਉਹ ਤੇਰੇ 2.5 ਕਿਲੋ ਦੇ ਹੱਥ ਨਾਲੋਂ ਬਹੁਤ ਵਧੀਆ ਹੈ ਜਿਹੜਾ ਕਿਸਾਨ ਜਿੰਦਾਬਾਦ ਦੇ ਨਾਰੇ ਲਾਉਂਦਾ ਫਿਰਦਾ ਲੋਕ ਤੁਹਾਨੂੰ ਫੋਲੋ ਕਰਦੇ ਆ ਤੁਹਾਡਾ ਹੱਕ ਬਣਦਾ ਜਿੰਨੇਕ ਮੈਨੂੰ ਚਾਹੁੰਦੇ ਆ ਮੈਂ ਵੀ ਕਹਿਣਾ ਕਿ ਆਜੋ ਯਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਜੁੜੀਏ ਹੱਕ ਬਣਦਾ ਤੁਸੀਂ ਇੱਕ ਇੱਕ ਵਾਰ ਇੱਕ ਵਾਰ ਵੀ ਨਹੀਂ ਬੋਲਿਆ ਕਿ ਨਕੋਦਰ ਨਾ ਆਇਓ ਯਾਰ ਥੋੜੇ ਦਿਨ ਆਖੇ ਭੱਜੀ ਫੜਦੀ ਆ ਰੋਟੀ ਦੇ ਮਾਗਰ ਦੁਨੀਆ ਲਾਂਤਾਂ ਨੇ ਮੈਂ ਤੁਹਾਡੇ ਤੇ ਪਉਣਾ ਗੁਰਦਾਸ ਮਾਨ ਤੇ ਲਾਂਤਾਂ ਹੰਸਰਾਜ ਹੰਸਤੇ ਲਾਂਤਾਂ ਦਲੇਰ ਮਹਿੰਦੀ ਤੇ ਲਾਂਤਾਂ ਹੋਰ ਬਹੁਤ ਬੰਦਿਆਂ ਤੇ ਲਾਂਤਾਂ ਨੇ ਪਰ ਇਹ ਮੇਨ ਨੇ ਜਿਹੜੇ ਚਿਹਰੇ ਇਹਨਾਂ ਤੇ ਲਾਂਤਾਂ ਨੇ